ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਭਰਤੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਤਨਖਾਹ ਤੁਹਾਡੀ ਬਹੁਤ ਵਧੀਆ ਰਹਿਣ ਵਾਲੀ ਹੈ 35000 ਸਟਾਰਟਿੰਗ ਹੈ ਤੇ 140000 ਤੱਕ ਤੁਹਾਡੀ ਸੈਲਰੀਜ਼ ਦੇ ਵਿੱਚ ਰਹਿਣ ਵਾਲੀ ਹੈ 18 ਤੋਂ 48 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਔਰ ਅਪਲਾਈ ਕਰ ਸਕਦੇ ਨੇ 21 ਦਸੰਬਰ ਤੱਕ ਤੁਸੀਂ ਇਹਦੇ ਲਈ ਆਰਾਮ ਨਾਲ ਅਪਲਾਈ ਕਰਨਾ ਹੋਵੇਗਾ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਕੈਂਡੀਡੇਟ ਐਲੀਜੀਬਲ ਹੋਣ ਵਾਲੇ ਨੇ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਦੇਣ ਜਾ ਰਿਹਾ ਸੋ ਇਸ ਵਿੱਚ ਐਕਸਪੀਰੀਅੰਸ ਔਰ ਪਲੱਸ ਜਿਹੜੇ ਫਰੈਸ਼ਰਸ ਕੈਂਡੀਡੇਟ ਨੇ ਦੋਨਾਂ ਲਈ ਵੈਕੈਂਸੀਸ ਨੇ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਮਾਈਟ ਵੀ ਹੋ ਸਕਦਾ ਵਿੱਚ ਐਕਸਪੀਰੀਅੰਸ ਵਾਲੀਆਂ ਵੈਕੈਂਸੀਸ ਆਣ ਤਾਂ ਸਕਿਪ ਕਰ ਦਿਓ ਫਰੈਸ਼ਰਸ ਦੀਆਂ ਵੈਕੈਂਸੀਸ ਵੀ ਹੈਗੀਆਂ ਨੇ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਮਾਂ ਰਹਿੰਦੇ ਇਹਦੇ ਲਈ ਅਪਲਾਈ ਵੀ ਕਰ ਸਕੋ ਤੇ ਚਲੋ ਤੁਰ ਲੈ ਚਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਅਗਰ ਕਿਸੇ ਵੀ ਗਵਰਨਰ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੀ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਲੈ ਚਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲੇ ਅਗਰ ਪੋਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੈਡੀਕਲ ਆਫੀਸਰ ਦੀਆਂ ਵੈਕੈਂਸੀਸ ਨੇ ਅਲੱਗ-ਅਲੱਗ ਜਿਹੜੇ ਨੇ ਉਹ ਡਿਪਾਰਟਮੈਂਟ ਨੇ ਜਿੱਦਾਂ ਇੱਥੇ ਲਿਖਿਆ ਰੇਡੀਏਸ਼ਨ ਓਨਕੋਲੋਜੀ ਦੇ ਵਿੱਚ ਹੈ ਠੀਕ ਹੈ ਜੀ ਰੇਡੀਏਸ਼ਨ ਓਨਕੋਲੋਜੀ ਦੇ ਵਿੱਚ ਇੱਕ ਹੋਰ ਮੈਡੀਕਲ ਆਫੀਸਰ E ਦੀ ਵੈਕੈਂਸੀ ਹੈ ਉਸ ਤੋਂ ਬਾਅਦ ਨੈਕਸਟ F ਦੀ ਹੈ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਫਿਰ ਮੈਡੀਕਲ ਆਫੀਸਰ E ਦੀ ਹੈ ਠੀਕ ਹੈ ਜੀ ਸੇਮ ਡਿਪਾਰਟਮੈਂਟ ਦੇ ਵਿੱਚ ਇਸ ਦੇ ਵਿੱਚ ਵੈਕੈਂਸੀਸ ਦੇ ਵਿੱਚ ਸੈਲਰੀ ਤੁਹਾਡੀ ਜਿਹੜੀ ਹੈ ਜੀ ਅਲੱਗ-ਅਲੱਗ ਪੇ ਸਕੇਲ ਦੇ ਅਕੋਰਡਿੰਗਲੀ ਹੈ ਠੀਕ ਹੈ ਜ ਹੋ ਹੈਗੀ ਹੈ ਤੇ ਅਲੱਗ-ਅਲੱਗ ਜਿਹਦੇ ਵਿੱਚ ਕੁਆਲਿਫੀਕੇਸ਼ਨ ਵਾਲੀ ਕੈਂਡੀਡੇਟ ਐਲੀਜੀਬਲ ਨਹੀਂ ਇਵਨ ਫ੍ਰੈਸ਼ਰਸ ਔਰ ਐਕਸਪੀਰੀਅੰਸ ਦੋਨਾਂ ਦੇ ਲਈ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸੋ ਇਸ ਦੇ ਵਿੱਚ ਤੁਸੀਂ ਚੈੱਕ ਕਰ ਲੈਣਾ ਆਪਣੇ ਅਕੋਰਡਿੰਗਲੀ ਜਿਹੜੀ ਵੈਕੈਂਸੀਸ ਤੁਹਾਡੇ ਲਈ ਸੂਟੇਬਲ ਨੇ ਜਿੱਦਾਂ ਕਿ ਮੈਡੀਕਲ ਆਫੀਸਰ ਦੀਆਂ ਅਲੱਗ-ਅਲੱਗ ਵੈਕੈਂਸੀਜ਼ ਨੇ ਅਲੱਗ-ਅਲੱਗ ਲੋਕੇਸ਼ਨਸ ਦੇ ਲਈ ਸੋ ਇਸ ਦੇ ਵਿੱਚ ਤੁਸੀਂ ਨੈਕਸਟ ਮੈਡੀਕਲ ਆਫੀਸਰ ਈ ਹੈਡ ਨੈਕ ਓਨਕੋਲੋਜੀ ਦੀ ਵੈਕੈਂਸੀ ਹੈ ਠੀਕ ਹੈ ਜੀ ਮੈਡੀਕਲ ਆਫੀਸਰ ਆਫੀਸਰ ਪੈਥੋਲੋਜੀ ਦੀ ਵੈਕੈਂਸੀ ਜਿਹੜੀ ਹੈ ਜੀ ਉਹ ਆ ਹੋਰ ਵੀ ਪੋਸਟਾਂ ਇਹਦੇ ਵਿੱਚ ਆਊਟ ਕੀਤੀ ਗਈਆਂ ਨੇ ਮੈਂ ਦਿਖਾ ਦੇਣਾ ਤੁਹਾਨੂੰ نیچے ਸਕਰੋਲ ਡਾਊਨ ਕਰਕੇ ਨੈਕਸਟ ਸਾਇੰਟਿਫਿਕ ਆਫੀਸਰ ਸੀਈ ਪ੍ਰੋਜੈਕਟ ਮੈਨੇਜਰ ਕਲੀਨिकल ਰਿਸਰਚ ਦੀਆਂ ਵੈਕੈਂਸੀਜ਼ ਨੇ ਜਿਸ ਦੀ ਤੁਹਾਡੀ ਸੈਲਰੀ ਜਿਹੜੀ ਹੈ 56100 ਹੈ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਸਾਇੰਸ ਡਿਗਰੀ ਮੈਡੀਕਲ ਡਿਗਰੀ ਕੀਤੀ ਹੋਈ ਹੈ ਵਿਦ ਐਮਐਸਸੀ ਕਲੀਨिकल ਰਿਸਰਚ ਦੇ ਵਿੱਚ 3 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਸਾਇੰਟਿਫਿਕ ਆਫੀਸਰ ਐਸਬੀ ਪੈਥੋਲੋਜੀ ਦੀ ਵੈਕੈਂਸੀ ਹੈ ਜੀ ਸਾਇੰਟਿਫਿਕ ਅਸਿਸਟੈਂਟ ਸੀ ਨਿਊਕਲੀਅਰ ਮੈਡੀਸਿਨ ਦੀ ਵੈਕੈਂਸੀ ਹੈ ਜਿਸ ਦੇ ਵਿੱਚ 44900 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਤੇ ਇਸੇ ਦੇ ਨਾਲ 35 ਸਾਲ ਤੱਕ ਦੇ ਕੈਂਡੀਡੇਟ ਨੇ ઓ ਇਲੀਜੀਬਲ ਨੇ ਤੇ ਅਪਲਾਈ ਇਹਦੇ ਵਿੱਚ ਕਰ ਸਕਦੇ ਨੇ ਜਿਨ੍ਹਾਂ ਨੇ ਬੀਐਸਸੀ ਫਿਜ਼ਿਕਸ ਦੇ ਵਿੱਚ ਕੀਤੀ ਹੈ ਕੈਮਿਸਟਰੀ ਦੇ ਵਿੱਚ ਬਾਇਓਲੋਜੀ ਦੇ ਵਿੱਚ ਕੀਤੀ ਹੈ ਜਾਂ ਨਿਊਕਲੀਅਰ ਮੈਡੀਸਿਨ ਦੇ ਵਿੱਚ ਕੀਤੀ ਹੋਈ ਹੈ ਉਹ ਅਪਲਾਈ ਇਹਦੇ ਵਿੱਚ ਕਰ ਸਕਦੇ ਨੇ 1 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜਿਸ ਦੇ ਵਿੱਚ ਨੈਕਸਟ ਅਸਿਸਟੈਂਟ ਮੈਡੀਕਲ ਸੋਸ਼ਲ ਵਰਕਰ ਦੀ ਵੈਕੈਂਸੀ ਹੈ ਜਿਸ ਦੀ 35 ਦਾ 400 ਤੁਹਾਡੀ ਸੈਲਰੀ ਰਹੇਗੀ 30 ਸਾਲ ਤੱਕ ਦੇ ਕੈਂਡੀਡੇਟ ਇਲੀਜੀਬਲ ਨੇ ਪੋਸ ਗ ਕਾ ਸਾਧਨ ਇੱਕ ਸਾਲ ਦਾ ਸਿਰਫ ਐਕਸਪੀਰੀਅੰਸ ਜਿਹੜਾ ਜੀ ਉਹ ਮੰਗਿਆ ਗਿਆ ਹੈ ਜੀ ਨੈਕਸਟ ਜਿਹੜੀ ਹੈ ਜੀ ਟੈਕਨੀਸ਼ੀਅਨ ਸੀ ਦੀ ਵੈਕੈਂਸੀ ਹੈ ਜਿਸ ਦੇ ਵਿੱਚ 25500 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਲੈਵਲ 4 ਦੇ ਅਕੋਰਡਿੰਗਲੀ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ 12th ਪਾਸ ਕੀਤੀ ਹੈ ਸਾਇੰਸ ਦੇ ਨਾਲ ਵਿਦ 3 ਸਾਲ ਦਾ ਐਕਸਪੀਰੀਅੰਸ ਹੈਗਾ ਸੀਐਸਐਸਡੀ ਡਿਪਾਰਟਮੈਂਟ ਦਾ ਤਾਂ ਉਹ ਦੇ ਲਈ ਅਪਲਾਈ ਜਿਹੜੇ ਉਹ ਕਰ ਸਕਦੇ ਨੇ ਜੀ ਟੈਕਨੀਸ਼ੀਅਨ ਸੀ ਦੀ ਵੈਕੈਂਸੀ ਹੈ 25500 ਸੈਲਰੀ ਰਹਿਣ ਵਾਲੀ ਹੈ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ 12th ਸਟੈਂਡਰਡ ਨਾਲ ਸਾਇੰਸ ਦੇ ਵਿੱਚ ਔਰ 1 ਇਅਰ ਦਾ ਡਿਪਲੋਮਾ ਕੀਤਾ ਹੋਇਆ ਤੁਸੀਂ 6 ਮਨ ਦਾ ICU OT ਇਲੈਕਟ੍ਰੋਨਿਕਸ ਡਾਇਲਿਸਿਸ ਟੈਕਨੀਸ਼ੀਅਨ ਦਾ ਤਾਂ ਤੁਹਾਡੇ ਕੋਲ ਹੈਗਾ 3 ਇਅਰ ਦਾ ਵਰਕਸ ਐਕਸਪੀਰੀਅੰਸ ਹੈਗਾ ਤਾਂ ਅਪਲਾਈ ਕਰ ਸਕਦੇ ਹੋ ਜੀ ਸਾਇੰਟਿਫਿਕ ਅਸਿਸਟੈਂਟ ਬੀ ਦੀ ਵੈਕੈਂਸੀ ਹੈ ਰੇਡੀਓ ਡਾਇਗਨੋਸਿਸ ਦੀ ਜਿਸ ਦੇ ਵਿੱਚ 35000 ਤੋਂ 4000 ਸੈਲਰੀ ਰਹੇਗੀ ਬੀਐਸਸੀ ਵਾਲੇ ਕੈਂਡੀਡੇਟਸ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਅਸਿਸਟੈਂਟ ਡਾਈਟੀਸ਼ੀਅਨ ਦੀ ਵੈਕੈਂਸੀ ਹੈ 35000 ਤੋਂ 4000 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਲੋਅנס ਵੀ ਤੁਹਾਨੂੰ ਇਹਦੇ ਦਿੱਤੇ ਜਾਣਗੇ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਰਜਿਸਟਰਡ ਡਾਈਟੀਸ਼ੀਅਨ ਤੁਸੀਂ ਹੈਗੇ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਵਿਦ ਐਮਐਸਸੀ ਫੂਡ ਸਾਇੰਸ ਨਿਊਟ੍ਰੀਸ਼ਨ ਦੇ ਵਿੱਚ ਕੀਤੀ ਹੋਈ ਹੈ ਐਮਐਸਸੀ ਕਲੀਨਿਕਲ ਨਿਊਟ੍ਰੀਸ਼ਨ ਐਂਡ ਡਾਈਟਿਕਸ ਦੇ ਟਿਸ਼ੂ ਬੈਂਕ ਦੀ 25500 ਸੈਲਰੀ ਹੈ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਪਲੱਸ 2 ਵਾਲੇ ਕੈਂਡੀਡੇਟ ਐਲੀਜੀਬਲ ਹੋਣਗੇ 6 ਮੰਥ ਦਾ ਪਲੱਸ 1 ਸਾਲ ਦਾ ਡਿਪਲੋਮਾ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨਰਸਿੰਗ ਸੁਪਰਡੈਂਟ ਗ੍ਰੇਡ 1 ਦੀ ਵੈਕੈਂਸੀ ਹੈ ਇਸ ਦੇ ਵਿੱਚ ਐਮ ਐਸ ਸੀ ਵਾਲੇ ਕੈਂਡੀਡੇਟ ਲਈ ਬਹੁਤ ਈ ਮੌਕਾ ਹੈ ਜੀ ਅਸਿਸਟੈਂਟ ਨਰਸਿੰਗ ਸੁਪਰਡੈਂਟ ਦੀ ਵੈਕੈਂਸੀ ਹੈ ਜਿਸ ਦੇ ਵਿੱਚ 56000 ਦਾ ਸੈਲਰੀ ਐਮ ਐਸ ਸੀ ਬੀ ਐਸ ਸੀ ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਸਟੈਨੋਗ੍ਰਾਫਰ ਦੀ ਵੈਕੈਂਸੀ ਵੀ ਹੈ ਜਿਸ ਦੇ ਵਿੱਚ ਇਹਦੇ ਵਿੱਚ 25500 ਤੁਹਾਡੀ ਸੈਲਰੀ ਰਹੇਗੀ ਪਲੱਸ ਅਲਵਾンス ਹੈ 27 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਜੀ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਠੀਕ ਜੋ ਦਾ ਸਪੀਡ ਹੈਗੀ 80 ਵਰਡ ਪਰ ਮਿਨਟ ਐਂਡ ਟਾਈਪਰਾਈਟਿੰਗ ਦੇ ਵਿੱਚ 40 ਵਰਡ ਪਰ ਮਿਨਟ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਹੋ ਕੰਪਿਊਟਰ ਕੋਰਸ ਮੰਗਿਆ ਗਿਆ 3 ਮੰਥ ਦਾ ਡਿਊਰੇਸ਼ਨ ਮਾਈਕਰੋਸਾਫਟ ਕੈਂਡੀਡੇਟਸ ਨੂੰ ਇਹ ਡਿਪਲੋਮਾ ਕੀਤਾ ਹੋਇਆ ਜਿਨ੍ਹਾਂ ਨੇ ਡਿਗਰੀ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ 3 ਮੰਥ ਦਾ ਕੰਪਿਊਟਰ ਕੋਰਸ ਦੀ ਲੋੜ ਨਹੀਂ ਹੋਏਗੀ ਫਿਰ ਦੱਸ ਦੇਣਾ ਜੀ ਜਿੰਨਾ ਕੋਲ ਡਿਗਰੀ ਹੈ ਡਿਪਲੋਮਾ ਹੈਗਾ ਕੰਪਿਊਟਰ ਦੇ ਵਿੱਚ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ 3 ਮੰਥ ਦਾ ਕੰਪਿਊਟਰ ਕੋਰਸ ਦੀ ਲੋੜ ਨਹੀਂ ਹੋਏਗੀ ਮਿਨੀਮਮ 1 ਸਾਲ ਦਾ ਸੈਕਟਰੀਅ ਪੋਜੀਸ਼ਨ ਦੇ ਵਿੱਚ ਤਾਂ ਅਪਲਾਈ ਤੁਸੀਂ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਅਸਿਸਟੈਂਟ ਸਿਕਿਉਰਿਟੀ ਆਫੀਸਰ ਦੀ ਵੈਕੈਂਸੀਜ਼ ਵੀ ਹੈਗੀਆਂ ਨੇ ਐਕਸ ਸਰਵਿਸਮੈਨ ਵਾਲਿਆਂ ਲਈ ਬਹੁਤ ਦੀ ਮੌਕਾ ਜੀ ਇੱਥੇ ਡਿਟੇਲਸ ਉਹਨਾਂ ਨੇ ਥੱਲੇ ਮੈਂਸ਼ਨ ਕੀਤੀਆਂ ਹੋਈਆਂ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੈਕੈਂਸੀਜ਼ ਇੱਥੇ ਆਊਟ ਕੀਤੀਆਂ ਗਈਆਂ ਨੇ ਸੋ ਤੁਸੀਂ ਆਪਣੇ ਅਕੋਰਡਿੰਗਲੀ ਵੀ ਚੈੱਕ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਦੱਸ ਹੀ ਰਿਹਾ ਜਿਹੜੀ-ਜਿਹੜੀਆਂ ਵੈਕੈਂਸੀਜ਼ ਮੇਨ ਨੇ ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰ ਲੈਣਾ ਤੇ ਜਿਹੜੀ ਵੈਕੈਂਸੀ ਅਸ ਕਰ ਸਕਦੇ ਨੇ ਲੇਕਿਨ ਉਹਨਾਂ ਕੋਲ ਜਿਹੜਾ ਐਨਸੀਸੀ ਸਰਟੀਫਿਕੇਟ ਸੀ ਸਰਟੀਫਿਕੇਟ ਹੋਣਾ ਜ਼ਰੂਰੀ ਹੋਏਗਾ 5 ਸਾਲ ਦਾ ਸਕਿਉਰਿਟੀ ਆਫੀਸਰ ਦਾ ਕੰਮ ਤੁਸੀਂ ਕਿਤੇ ਕੀਤਾ ਤਾਂ ਤੁਸੀਂ ਅਪਲਾਈ ਕਰ ਪਾਓਗੇ ਇਹਦੇ ਲਈ ਠੀਕ ਹੈ ਜੀ ਬਾਕੀ ਪੂਰਾ ਪਬਲਿਕ ریلیشنਸ ਆਫੀਸਰ ਦੀ ਵੈਕੈਂਸੀਸ ਵੀ ਹੈਗੀਆਂ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਤੋਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਟੇਲਰ ਕਮ ਅਟੈਂਡੈਂਟ ਦੀ ਵੈਕੈਂਸੀ ਹੈ ਜੀ ਜਿਸ ਦੇ ਵਿੱਚ 19900 ਸੈਲਰੀ ਹੈ 27 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ 10th ਸਟੈਂਡਰਡ ਵਾਲੇ ਪਾਸ ਆਊਟ ਲਈ ਅਪਲਾਈ ਕਰ ਸਕਦੇ ਨੇ ਮੀਨਮ ਇੱਕ ਸਾਲ ਦਾ ਡਿਪਲੋਮਾ ਕੀਤਾ ਹੈ ਟੇਲਰਿੰਗ ਦਾ ਕਿਸੇ ਵੀ ਗਵਰਨਮੈਂਟ ਰਿਕੋਗਨਾਈਜ਼ ਜਾਂ ਆਈਟੀਆ ਕੀਤੀ ਹੋਈ 2 ਸਾਲ ਦਾ ਐਕਸਪੀਰੀਅੰਸ ਹੈਗਾ ਟੇਲਰਿੰਗ ਔਰ ਕਟਿੰਗ ਦਾ ਤਾਂ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਇਹਦੇ ਵਿੱਚ ਸਾਰੀ ਡਿਟੇਲ ਲਿਖੀ ਹੋਏ ਨੇ 21 12 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ 5:30 ਵਜੇ ਤੱਕ ਲਾਸਟ ਡੇ ਜਿਹੜੀ ਅਪਲੀਕੇਸ਼ਨ ਦੀ ਹੋਣੀਗੀ ਸਿਰਫ ਔਰ ਜਿਹੜਾ ਜੀ ਉਹ ਨਹੀਂ ਹੈਗਾ ਸਾਰੀ ਡਿਟੇਲਸ ਮੈਂਸ਼ਨ ਨੇ ਚੈੱਕ ਕਰਕੇ ਤੁਸੀਂ ਤਾਂ ਹੀ ਇਹਦੇ ਲਈ ਅਪਲਾਈ ਕਰਨਾ ਹੋਵੇਗਾ ਜੀ ਸਾਰੇ ਡਾਕੂਮੈਂਟ 12 ਤੋਂ ਰੈਡੀ ਰੱਖਣਾ ਜਦੋਂ ਆਨਲਾਈਨ ਅਪਲਾਈ ਕਰੋਗੇ ਠੀਕ ਹੈ ਜੀ ਫਿਰ ਵੀ ਕੋਈ ਡਾਊਟ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਟੀ ਐਮ ਐਸ ਮਤਲਬ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਸ ਨੇ ਅਲੱਗ-ਅਲੱਗ ਲੋਕੇਸ਼ਨਸ ਦੇ ਲਈ ਤੁਸੀਂ ਚੈੱਕ ਕਰ ਸਕਦੇ ਹੋ ਖਾਸ ਕਰ ਪੰਜਾਬ ਦੀ ਕੈਂਡੀਡੇਟ ਦੇ ਲਈ ਇਹ ਚ ਵੈਕੈਂਸੀਸ ਨੇ ਜਰੂਰ ਚੈੱਕ ਕਰ ਲੈਣਾ ਜੀ ਸਾਰੀਆਂ ਵੈਕੈਂਸੀਸ ਜ਼ਿਆਦਾ ਚੰਗੇ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ ਜੀ ਇਹ ਸੀ ਗਾਈਜ਼ ਦਾ ਨੋਟੀਫਿਕੇਸ਼ਨ ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਲਈ ਤਦ ਤੱਕ ਦੇ ਲਈ ਧੰਨਵਾਦ ਜੀ